ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 5 ਮਾਈਕਰੋਸਾਫਟ ਐਕਸਲ ਵਿੱਚ ਇਸ ਪਾਠ ਦੇ ਛੋਟੇ ਉਤਰਾਹਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਐਮ ਐਸ ਐਕਸਲ ਵਿੱਚ ਵਰਤੇ ਜਾਂਦੇ ਗਣਿਤ ਆਪਰੇਟਰ ਲਿਖੋ ਗਣਿਤ ਆਪਰੇਟਰਸ ਜਿਹੜੇ ਨੇ ਇਹਨਾਂ ਨੂੰ ਅਰਥਮੈਟਿਕ ਆਪਰੇਟਰ ਵੀ ਕਿਹਾ ਜਾਂਦਾ ਹੈ ਤੇ ਗਣਿਤ ਆਪਰੇਟਰਸ ਦੀ ਵਰਤੋਂ ਮੋਡਲੀਆਂ ਗਣਿਤਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ MS Excel ਵਿੱਚ ਵਰਤੇ ਜਾਣ ਵਾਲੇ ਗਣਿਤ ਆਪਰੇਟਰ ਜਾਂ ਅਰਥਮੈਟਿਕ ਆਪਰੇਟਰ 8 ਲਿਖੇ ਅਨੁਸਾਰ ਹਨ ਸਭ ਤੋਂ ਪਹਿਲਾ ਆਪਰੇਟਰ ਹੈ ਪਲੱਸ ਇਹਦਾ ਮੰਤਵ ਕੀ ਹੈ ਜੋੜ ਕਰਨਾ ਅੱਗੇ ਉਦਾਹਰਨ ਦਿੱਤੀ ਹੈ ਜਿਵੇਂ ਬਰਾਬਰ 10 5 ਅਨਸਰ ਕਿੰਨਾ ਆਇਆ 15 ਉਸ ਤੋਂ ਬਾਅਦ ਦੂਜਾ ਆਪਰੇਟਰ ਹੈ ਮਾਈਨਸ ਮਾਈਨਸ ਹੁੰਦਾ ਘਟਾਉਣਾ ਤੇ ਮੈਂ ਇੱਕ ਉਦਾਹਰਨ ਦਿੱਤੀ ਹੈ ਬਰਾਬਰ 6 4 ਅਨਸਰ ਕਿੰਨਾ ਆਇਆ 2 ਤੀਸਰਾ ਆਪਰੇਟਰ ਹੈ ਸਟਾਰ ਸਟਾਰ ਹੁੰਦਾ ਹੈ ਮਲਟੀਪਲਾਈ ਕਰਨ ਲਈ ਗੁਣਾ ਕਰਨ ਲਈ ਮੈਂ ਲਿਖਿਆ ਬਰਾਬਰ 5 5 ਅਨਸਰ ਕਿੰਨਾ ਆ ਗਿਆ 25 ਉਸ ਤੋਂ ਬਾਅਦ ਸਲੈਸ਼ ਸਲੈਸ਼ ਹੁੰਦਾ ਭਾਗ ਕਰਨ ਲਈ ਜਾਂ ਡਿਵੀਜ਼ਨ ਕਰਨ ਲਈ ਮੈਂ ਲਿਖਿਆ ਬਰਾਬਰ 10 2 ਅਨਸਰ ਕਿੰਨਾ ਆ ਗਿਆ 5 ਉਸ ਤੋਂ ਬਾਅਦ ਪਰਸੈਂਟੇਜ ਪਰਸੈਂਟੇਜ ਹੁੰਦਾ ਪ੍ਰਤੀਸ਼ਤ ਜਾਂ ਪ੍ਰਤੀਸ਼ਾਤ ਗੱਢਣ ਦੇ ਕੰਮ ਆਉਂਦਾ ਹੈ ਉਦਾਹਰਨ ਲਈ ਲਿਖਿਆ ਬਰਾਬਰ 40% ਤੇ ਇਹਦਾ ਜਿਹੜਾ ਪ੍ਰਤੀਸ਼ਤ ਹੈ ਉਹ ਕਿੰਨਾ ਆਇਆ ਹੈ 0.4 ਲਾਸਟ ਜਿਹੜਾ ਹੈਗਾ ਆਪਰੇਟਰ ਇਹਨੂੰ ਬੋਲਦੇ ਹੈ ਕੈਰੇਟ ਸਿੰਬਲ ਇਹ ਘਾਤ ਪਤਾ ਕਰਨ ਦੇ ਕੰਮ ਆਉਂਦਾ ਹੈ ਮਤਲਬ ਪਾਵਰ ਅਮਰੀਕਾ 2 ਕੈਰਟ 3 ਤੇ ਇਹਦਾ ਮਤਲਬ ਹੈ 2 ਦੀ ਪਾਵਰ 3 ਤੇ ਆਨਸਰ ਕਿੰਨਾ ਆਇਆ 8 ਦੂਜਾ ਪ੍ਰਸ਼ਨ ਹੈ ਡਾਟਾ ਵੈਲੀਡੇਸ਼ਨ ਤੋਂ ਤੁਹਾਡਾ ਕੀ ਪਾਵ ਹੈ ਡਾਟਾ ਵੈਲੀਡੇਸ਼ਨ MS Excel ਦਾ ਇੱਕ ਮਹੱਤਵਪੂਰਨ ਟੂਲ ਹੈ ਡਾਟਾ ਵੈਲੀਡੇਸ਼ਨ ਦਾ ਅਰਥ ਹੈ ਸਰੋਤ ਡਾਟਾ ਦੀ ਸ਼ੁੱਧਤਾ ਅਤੇ ਗੁਣਵੱਤਾ ਦੀ ਜਾਂਚ ਕਰਨਾ ਇਹ ਆਪਸ਼ਨ Excel ਦੇ ਡਾਟਾ ਟੈਬ ਵਿੱਚ ਮੌਜੂਦ ਹੁੰਦੀ ਹੈ ਇਸ ਦਿਵਰ ਤੋਂ ਐਕਸਲ ਵਿੱਚ ਖਾਸ ਨਿਯਮ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ ਇਹ ਪਰਿਭਾਸ਼ਿਤ ਕਰਦੇ ਹਨ ਕਿ ਸੈੱਲ ਵਿੱਚ ਕੀ ਦਾਖਲ ਕੀਤਾ ਜਾ ਸਕਦਾ ਹੈ ਮੀਨਸ ਕਿ ਮੰਨ ਲਓ ਤੁਸੀਂ ਕੋਈ ਸ਼ੀਟ ਬਣਾਈ ਹੈ ਉਹਦੇ ਵਿੱਚ ਨੰਬਰ ਐਂਟਰ ਕਰਨੇ ਹਨ ਨੰਬਰ ਬੱਚਿਆਂ ਦੇ 100 ਤੋਂ ਆਉਣੇ ਹਨ ਤੁਸੀਂ ਚਾਹੁੰਦੇ ਹੋ ਕਿ 100 ਤੋਂ ਉੱਪਰ ਨੰਬਰ ਨਾ ਆ ਜਾਣ ਅਸੀਂ ਡਾਟਾ ਵੈਲੀਡੇਸ਼ਨ ਉਹਦੇ ਨਾਲ ਲਗਾ ਸਕਦੇ ਹਾਂ ਉਹਦੇ ਨਾਲ ਕੀ ਹੋਏਗਾ ਉਹ ਹੀ ਵੈਲਿਊ ਐਂਟਰ ਹੋਏਗੀ ਜਿਹਦੀ ਆਪਾਂ ਰੇਂਜ ਡਾਟਾ ਵੈਲੀਡੇਸ਼ਨ ਚ ਨਿਰਧਾਰਿਤ ਕਰਾਂਗੇ ਜਿਵੇਂ ਤੁਸੀਂ ਐਕਸਲ 2013 ਚ ਡਾਟਾ ਵੈਲੀਡੇਸ਼ਨ ਵਿੱਚ

ਇਸ ਫੰਕਸ਼ਨ ਦੀ ਵਰਤੋਂ ਦਿੱਤੇ ਹੋਏ ਸੈੱਲਾਂ ਜਾਂ ਰੇਂਜ ਦੇ ਮੁੱਲਾਂ ਦਾ ਜੋੜ ਕਰਨ ਲਈ ਕੀਤੀ ਜਾਂਦੀ ਹੈ ਕਿ ਤੁਸੀਂ ਜਿਹੜੀ ਵੈਲਿਊਜ਼ ਦਿੱਤੀਆਂ ਹਨ ਉਹਨਾਂ ਨੂੰ ਜੇਕਰ ਜੋੜ ਕਰਨਾ ਹੈ ਮਨ ਲੇਖ ਬਰਾਬਰ ਸਮ 2, 6, 1 ਐਦਾ ਮਤਲਬ ਹੈ ਕਿ ਸਮ ਫੰਕਸ਼ਨ ਕੀ ਕਰੇਗਾ 2 6 1 ਤੇ ਆਨਸਰ ਕਿੰਨਾ ਆ ਗਿਆ 6 2 8 1 9 ਦੂਜਾ ਫੰਕਸ਼ਨ ਹੈ ਮਿਨ ਮਿਨ ਮਤਲਬ ਮਿਨੀਮਮ ਇਸ ਫੰਕਸ਼ਨ ਦੀ ਵਰਤੋਂ ਦਿੱਤੇ ਹੋਏ ਸੈੱਲਾਂ ਜਾਂ ਰੇਂਜ ਦੇ ਮੁੱਲਾਂ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਕੀਤੇ ਜਾਂਦੀ ਹੈ ਉਦਾਹਰਨ ਵਜੋਂ ਜਿੱਦਾਂ ਲਿਖਿਆ ਮਿਨ 2, 6, 1 ਸਭ ਤੋਂ ਛੋਟਾ ਨੰਬਰ ਕੀ ਹੈ 1 ਤੇਦਾ ਅਨਸਰ ਕੀ ਆਏਗਾ 1 ਅਗੇ ਮੈਕਸ ਮੈਕਸ ਮਿਨ ਤੋਂ ਉਲਟਾ ਹੁੰਦਾ ਹੈ ਇਹ ਸਭ ਤੋਂ ਵੱਡਾ ਨੰਬਰ ਫਾਈਂਡ ਆਊਟ ਕਰਨ ਦੇ ਕੰਮ ਆਉਂਦਾ ਹੈ ਇਸ ਫੰਕਸ਼ਨ ਦੀ ਵਰਤੋਂ ਦਿੱਤੇ ਹੋਏ ਸੈਲਾ ਜਾਂ ਰੇਂਜ ਦੇ ਮੁੱਲਾਂ ਵਿੱਚੋਂ ਸਭ ਤੋਂ ਵੱਡਾ ਨੰਬਰ ਪਤਾ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਲਿਖਿਆ ਹੈ ਉਦਾਹਰਨ ਬਰਾਬਰ ਮੈਕਸ 2, 6, 1 ਇਹ 39 ਵਿੱਚ ਸਭ ਤੋਂ ਵੱਡਾ ਨੰਬਰ ਕੀ ਹੈ 6 ਤੇ ਆਨਸਰ ਕੀ ਆਏਗਾ 6 ਪ੍ਰਸ਼ਨ ਨੰਬਰ 4 MS Excel ਵਿੱਚ ਸોર્ટਿੰਗ ਕੀ ਹੁੰਦੀ ਹੈ Excel ਵਿੱਚ ਡਾਟਾ ਨੂੰ ਇੱਕ ਕ੍ਰਮ ਵਿੱਚ ਲਗਾਉਣਾ ਸોર્ટਿੰਗ ਕਹਾਉਂਦਾ ਹੈ ਸોર્ટਿੰਗ ਦੀ ਵਰਤੋਂ ਡਾਟਾ ਨੂੰ ਘਟਦੇ ਜਾਂ ਵਧਦੇ ਕ੍ਰਮ ਵਿੱਚ ਲਗਾਉਣ ਲਈ ਕੀਤੀ ਜਾਂਦੀ ਹੈ ਡਾਟਾ ਨੂੰ ਵਧਦੇ ਕ੍ਰਮ ਵਿੱਚ ਲਗਾਉਣ ਲਈ ਕਿਹੜੀ ਕਮਾਂਡ ਹੁੰਦੀ ਹੈ ਇਹ ਤੁਹਾਨੂੰ ਟੈਬ 'ਚ ਨਜ਼ਰ ਆਏਗੀ A ਜੈਡ نیچے ਨੈਰੋ ਹੋਏਗਾ ਤੇ ਕੱਟ ਦੇ ਕ੍ਰਮ ਵਿੱਚ ਲਗਾਉਣ ਲਈ ਸਿੰਬਲ ਤੁਹਾਨੂੰ ਟੂਲ ਇਸ ਤਰ੍ਹਾਂ ਨਜ਼ਰ ਆਏਗਾ ਜੈਡ ਉੱਪਰ ਤੇ A نیچے ਤੇ ਐਰੋ ਡਾਊਨ ਨੂੰ ਡਾਟਾ ਨੂੰ ਸੋਰਟ ਕਰਨ ਲਈ ਹੋਮ ਜਾਂ ਡਾਟਾ ਟੈਬਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੋਰਟ ਦਾ ਮਤਲਬ ਹੈ ਕਿ ਮੰਨ ਲਓ ਕਿ ਆਪਾਂ ਸ਼ੀਟ ਬਣਾਈ ਹੈ ਉਹਦੇ ਵਿੱਚ ਨਾਮ ਜਿਹੜੇ ਆ ਉਹ ਅੱਗੇ ਪਿੱਛੇ ਨੇ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਅਲਫਾਬੈਟਿਕਲੀ ਪਹਿਲੇ A ਵਾਲੇ ਬੱਚੇ ਆ ਜਾਣ ਫਿਰ B ਨਾਮ ਵਾਲੇ ਤੇ C ਨਾਮ ਵਾਲੇ ਇਸ ਤਰ੍ਹਾਂ ਅਪ ਟੂ Z ਤੱਕ ਉਹਦੇ ਲਈ ਆਪਾਂ ਸੋਰਟਿੰਗ ਵਰਤਾਂਗੇ ਲekin ਜੇ ਆਪਾਂ ਕਰਨੇ ਹੈ ਕਿ ਪਹਿਲੇ Z ਵਾਲਾ ਬੱਚੀ ਆ ਜਨ ਫਿਰ ਉਲਟਾ A ਤੱਕ ਲਾਸਟ ਵਾਲਾ ਨਾਮ ਆਵੇ ਤੇ ਉਹਦੇ ਲਈ ਆਪਾਂ ਡਿਸੈਂਡਿੰਗ ਆਰਡਰ ਵਰਤਦੇ ਹਾਂ ਜਾਂ ਘਟਦੇ ਕ੍ਰਮ ਚ ਵਰਤੇ ਹਾਂ ਮਤਲਬ ਇੱਕ ਘਟਦਾ ਕ੍ਰਮ ਦੇ ਇੱਕ ਵਧਦਾ ਕ੍ਰਮ ਇਸੇ ਤਰ੍ਹਾਂ ਨੰਬਰਾਂ ਤੇ ਵੀ ਆਪਾਂ ਸੋਰਟਿੰਗ ਕਰ ਸਕਦੇ ਹਾਂ ਪੰਜਵਾਂ ਹੈ ਫਾਰਮੂਲਾ ਨੂੰ ਪਰਿਭਾਸ਼ਿਤ ਕਰੋ ਫਾਰਮੂਲਾ ਦੀ ਵਰਤੋਂ MS ਐਕਸਲ ਵਿੱਚ ਕੀਤੀ ਜਾਂਦੀ ਹੈ ਫਾਰਮੂਲਾ ਇੱਕ ਐਕਸਪ੍ਰੈਸ਼ਨ ਹੈ ਜਿਵੇਂ ਆਪਾਂ ਅਰਥਮੈਟਿਕ ਆਪਰੇਟਰ ਗਣਿਤ ਆਪਰੇਟਰ ਚ ਮੈਂ ਉਦਾਹਰਨ ਦਿੱਤੀ ਸੀ ਇਸ ਦੀ ਵਰਤੋਂ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਫਾਰਮੂਲਾ ਵਿੱਚ ਆਪਰੇਟਰ ਅਤੇ ਆਪਰੇਂਡਸ ਦੀ ਵਰਤੋਂ ਹੁੰਦੀ ਹੈ ਆਪਰੇਟਰ ਕੁਝ ਚਿੰਨ੍ਹ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਗਣਨਾ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਤੁਸੀਂ ਉਦਾਹਰਨ ਦੇਖ ਰਹੇ ਹੋ ਐਚ ਬਰਾਬਰ ਤੇ ਪਲੱਸ ਜਿਹੜੇ ਇਹ ਕੀ ਨੇ ਆਪਰੇਟਰ ਅਤੇ ਆਪਰੇਂਡ ਕੁਝ ਮੁੱਲ ਹੁੰਦੇ ਹਨ ਜਿਨ੍ਹਾਂ ਉੱਪਰ ਗਣਨਾ ਕੀਤੀ ਜਾਂਦੀ ਹੈ ਜਿਵੇਂ ਕਿ 4 6 ਤੇ 2 ਇਹ ਕੀ ਨੇ ਆਪਰੇਂਡ ਤੇ ਇਕੁਅਲ ਟੂ ਤੇ ਪਲੱਸ ਕੀ ਨੇ ਆਪਰੇਟਰ ਆਪਰੇਟਰ ਕੀ ਹੁੰਦੇ ਨੇ ਉਹ ਸਿੰਬਲ ਹੁੰਦੇ ਨੇ ਜਿਹੜੇ ਕੈਲਕੂਲੇਸ਼ਨ ਕਰਨ ਦੇ ਕੰਮ ਆਉਂਦੇ ਨੇ ਤੇ ਆਪਰੈਂਡ ਉਹ ਵੈਲਿਊਜ਼ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਆਪਰੇਸ਼ਨ ਪਰਫਾਰਮ ਕੀਤਾ ਜਾਂਦਾ ਹੈ ਸਿਮਾ ਪ੍ਰਸ਼ਨ ਹੈ MS Excel ਵਿੱਚ ਵਰਤੇ ਗਏ ਕੰਡੀਸ਼ਨਲ ਫੰਕਸ਼ਨਸ ਦੇ ਨਾਮ ਲਿਖੋ ਕੰਡੀਸ਼ਨਲ ਫੰਕਸ਼ਨਸ ਦੀ ਵਰਤੋਂ ਕਿਸੇ ਕੰਡੀਸ਼ਨ ਦੇ ਆਧਾਰ 'ਤੇ ਗਣਨਾ ਕਰਨ ਲਈ ਕੀਤੀ ਜਾਂਦੀ ਹੈ MS Excel ਵਿੱਚ ਵਰਤੇ ਜਾਣ ਵਾਲੇ ਕੰਡੀਸ਼ਨਲ ਫੰਕਸ਼ਨਸ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਨੰਬਰ 1 ਇਫ ਫੰਕਸ਼ਨ ਇਸ ਫੰਕਸ਼ਨ ਦੀ ਵਰਤੋਂ ਦੋ ਮੁੱਲਾਂ ਦੀ ਤੁਲਨਾ ਕਰਨ ਲਈ ਕੀਤੀ ਜਾਂਦੀ ਹੈ ਇਸ ਦਾ ਮੁੱਖ ਕੰਮ Excel ਵਰਕਸ਼ੀਟ ਦੇ ਅੰਦਰ ਫੈਸਲਾ ਲੈਣਾ ਹੁੰਦਾ ਹੈ ਇਹ ਸਹੀ ਜਾਂ ਗਲਤ ਨਤੀਜਾ ਦਿੰਦਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੈਂ A ਸੈੱਲ 'ਚ ਮਾਰਕਸ ਐਂਟਰ ਕੀਤੇ 65 25 45 90 33 ਤੇ B ਸੈੱਲ 'ਚ ਮੈਂ ਇਫ ਲਗਾ ਕੇ ਕੰਡੀਸ਼ਨ ਸੈੱਟ ਕੀਤੀ ਹੈ ਕਿ ਜੇਕਰ ਨੰਬਰ 40 ਤੋਂ ਥੱਲੇ ਹੈ ਤੇ ਬੱਚਾ ਫੇਲ ਹੋਵੇਗਾ ਜਾਂ 40 ਤੋਂ ਉੱਪਰ ਹੈ ਤੇ ਪਾਸ ਵੀ ਦੇਖ ਸਕਦੇ ਹੋ 65 ਵਾਲਾ ਪਾਸ ਨਜ਼ਰ ਆ ਰਿਹਾ ਹੈ 25 ਵਾਲਾ ਫੇਲ ਨਜ਼ਰ ਆ ਰਿਹਾ ਹੈ 45 ਵਾਲਾ ਪਾਸ ਹੈ 90 ਵਾਲਾ ਪਾਸ ਹੈ ਤੇ 33 ਵਾਲਾ ਫੇਲ ਹੈ ਤੇ ਇਫ ਦੀ ਵਰਤੋਂ ਉਹਨਾਂ ਕੇਸਿਸ ਚ ਕੀਤੀ ਜਾਂਦੀ ਹੈ ਜਿੱਥੇ ਦੋ ਮੂਲਾਂ ਦੀ ਤੁਲਨਾ ਕਰਨੀ ਹੋਵੇ ਸੈਕੰਡ ਹੈ ਸਮ ਇਫ ਫੰਕਸ਼ਨ ਇਸ ਫੰਕਸ਼ਨ ਦੀ ਵਰਤੋਂ ਦਿੱਤੀ ਗਈ ਰੇਂਜ ਚ ਸੈੱਲਾਂ ਦੇ ਸਮੂਹ ਤੋਂ ਕਿਸੇ ਵਿਸ਼ੇਸ਼ ਮੁੱਲਾਂ ਦਾ ਜੋੜ ਪਤਾ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਉਦਾਹਰਣ ਦੇਖ ਰਹੇ ਹੋ ਇੱਥੇ ਮੈਂ A ਸੈੱਲ ਚ ਨੰਬਰ ਲਿਖਿਆ 4 5 ਅਪ ਟੂ 12 ਤੱਕ ਲਗ ਲਾ ਵੈਲਿਊ ਲਿਖੀ ਹੈ ਤੇ ਸਮ ਇਫ ਚ ਲਿਖਿਆ ਮੈਂ A2 ਤੋਂ ਲੈ ਕੇ A12 ਮਤਲਬ A2 ਤੋਂ ਲੈ ਕੇ A12 ਦਾ ਸੈੱਲ ਸਿਲੈਕਟ ਕਰਨੇ ਆ ਤੇ ਆਹੀ ਟੋਟਲ ਕਿਹਦਾ ਕਰਨਾ 8 ਦਾ ਤੇ 8 ਕਿੰਨੀ ਵਾਰ ਹੀ ਆਇਆ 8 ਆਇਆ ਇੱਕ ਵਾਰੀ 7 ਨੰਬਰ ਤੇ ਇੱਕ ਵਾਰ 8 ਨੰਬਰ ਤੇ ਇੱਕ ਵਾਰ 11 ਨੰਬਰ ਤੇ ਤੇ 8 ਕਿੰਨੀ ਵਾਰ ਹੈ 3 ਵਾਰੀ ਤੇ 8 3 ਕਿੰਨਾ ਹੋ ਗਿਆ 24 ਤੇ ਇਹਦਾ ਅਨਸਰ ਕਿੰਨਾ ਆਏਗਾ 24 ਨੰਬਰ 3 ਕਾਊਂਟ ਇਫ ਫੰਕਸ਼ਨ ਇਸ ਫੰਕਸ਼ਨ ਦੀ ਵਰਤੋਂ ਦਿੱਤੀ ਗਈ ਰੇਂਜ ਜਾਂ ਸੈੱਲਾਂ ਦੇ ਸਮੂਹ ਤੋਂ ਕਿਸੇ ਵਿਸ਼ੇਸ਼ ਮੁੱਲਾਂ ਦੀ ਗਿਣਤੀ ਪਤਾ ਕਰਨ ਲਈ ਕੀਤੀ ਜਾਂਦੀ ਹੈ ਉਦਾਹਰਨ ਦੇਖ ਸਕਦੇ ਹੋ ਸੇਮ A ਸੈੱਲ ਚ ਮੈਂ ਨੰਬਰ ਲਏ ਹੋਏ ਐ ਇੱਥੇ ਲਿਖਿਆ ਕਾਊਂਟ ਇਫ A2 ਤੋਂ ਲੈ ਕੇ A12 कि ए2 ਤੋਂ ਲੈ ਕੇ ए12 ਸੈੱਲ ਤੱਕ 8 ਕਿੰਨੀ ਵਾਰ ਆਇਆ 8 ਆਇਆ 3 ਵਾਰ ਇੱਕ ਵਾਰ 7 ਨੰਬਰ ਰੋਚ ਇੱਕ ਵਾਰ 8 ਨੰਬਰ ਰੋਚ ਤੇ ਇੱਕ ਵਾਰ 11 ਨੰਬਰ ਰੋਚ ਇਸ ਕਰਕੇ ਕਾਊਂਟ ਇਸਕੇ ਨਾਲ ਆਇਆ 3 ਅੱਗੇ ਹੈ बटे ਉਤਰਾ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਸੈੱਲ ਰੈਫਰੈਂਸਿੰਗ ਕਿਉਂਦੀ ਹੈ ਇਸ ਦੀ ਕਿਸਮਾਂ ਦੀ ਵਿਆਖਿਆ ਕਰੋ ਸੈੱਲ ਰੈਫਰੈਂਸ ਸੈੱਲ ਦਾ ਐਡਰੈਸ ਹੁੰਦਾ ਹੈ ਜੋ ਕਿ ਫਾਰਮੂਲੇ ਜਾਂ ਫੰਕਸ਼ਨਾਂ ਵਿੱਚ ਵਰਤਿਆ ਜਾਂਦਾ ਹੈ ਇਸ ਦੀ ਵਰਤੋਂ ਨਾਲ ਫਾਰਮੂਲਾ ਆਸਾਨ ਹੋ ਜਾਂਦਾ ਹੈ 셀 ਰੈਫਰੈਂਸ ਦੀਆਂ ਤਿੰਨ ਕਿਸਮਾਂ ਹਨ ਨੰਬਰ 1 ਐਬਸੋਲਿਊਟ 셀 ਰੈਫਰੈਂਸ ਐਬਸੋਲਿਊਟ 셀 ਰੈਫਰੈਂਸ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਅਸੀਂ 셀 ਦੀ ਲੋਕੇਸ਼ਨ ਨੂੰ ਸਥਿਰ ਰੱਖਣਾ ਚਾਹੁੰਦੇ ਹਾਂ ਡਾਟਾ ਕਾਪੀ ਜਾਂ ਮੂਵ ਕਰਨ ਤੇ ਐਬਸੋਲਿਊਟ 셀 ਰੈਫਰੈਂਸ ਨਹੀਂ ਬਦਲਦੇ ਇਸ 셀 ਰੈਫਰੈਂਸ ਵਿੱਚ ਰੋ ਅਤੇ ਕਾਲਮ ਤੋਂ ਪਹਿਲਾਂ ਡਾਲਰ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਤੁਹਾਡਾ ਐਬਸੋਲਿਊਟ 셀 ਰੈਫਰੈਂਸ ਹੈ ਇਹਦੇ ਜਿਹੜਾ 셀 ਦਾ ਐਡਰੈਸ ਆਪਾਂ ਲੈ ਕੇ ਚੱਲਦੇ ਹਾਂ ਉਹ ਫਿਕਸ ਰਹਿੰਦਾ ਹੈ ਉਹ ਨਹੀਂ ਬਦਲਦਾ ਨੰਬਰ 2 ਰਿਲੇਟਿਵ 셀 ਰੈਫਰੈਂਸ ਐਮ ਐਸ ਐਕਸਲ ਵਿੱਚ ਡਿਫਾਲਟ 셀 ਰੈਫਰੈਂਸ ਹੁੰਦੀ ਹੈ ਕਿ ਆਟੋਮੈਟਿਕਲੀ ਉਹ ਸਿਲੈਕਟ ਹੁੰਦੀ ਹੈ ਰਿਲੇਟਿਵ 셀 ਰੈਫਰੈਂਸ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਅਸੀਂ 셀 ਦੀ ਲੋਕੇਸ਼ਨ ਨੂੰ ਸਥਿਰ ਨਹੀਂ ਰੱਖਣਾ ਚਾਹੁੰਦੇ ਡਾਟਾ ਕਾਪੀ ਜਾਂ ਮੂਵ ਕਰਨ ਤੇ ਰਿਲੇਟਿਵ ਸੈੱਲ ਰੈਫਰੈਂਸ ਬਦਲ ਜਾਂਦੀ ਹੈ ਤੇ ਆਟੋਮੈਟਿਕਲੀ ਮੰਨ ਲਓ ਵੀ ਐਮ ਐਸ ਐਕਸਲ 'ਚ ਕੋਈ ਸ਼ੀਟ ਬਣਾਈ ਹੈ ਉਰ 'ਚ ਸਮ ਕੱਢਿਆ ਹੈ ਜਦੋਂ ਆਪਾਂ ਸਮ ਨੂੰ ਨੀਚੇ-ਨੀਚੇ ਡ੍ਰੈਗ ਕਰਾਂਗੇ ਤੇ ਆਟੋਮੈਟਿਕਲੀ ਜਿਹੜੇ ਸੈੱਲ ਹੈ ਉਹ ਬਦਲਦੇ ਜਾਣਗੇ ਨੰਬਰ 3 ਮਿਕਸਡ ਸੈੱਲ ਰੈਫਰੈਂਸ ਇਹ ਐਬਸੋਲਿਊਟ ਅਤੇ ਰਿਲੇਟਿਵ ਸੈੱਲ ਰੈਫਰੈਂਸ ਦਾ ਮਿਸ਼ਰਣ ਹੁੰਦੀ ਹੈ ਇਸ ਸੈੱਲ ਰੈਫਰੈਂਸ 'ਚ ਇੱਕ ਰੋ ਜਾਂ ਕਾਲਮ ਵਿੱਚੋਂ ਡਾਟਾ ਕਾਪੀ ਕਰਦੇ ਸਮੇਂ ਕੇਵਲ ਇੱਕ ਹੀ ਸਥਿਰ ਰਹਿੰਦਾ ਹੈ ਤੇ ਜਾਂ ਰੋ ਸਥਿਰ ਰਹੇਗੀ ਜਾਂ ਕਲਾ ਤੇ ਇਹ ਐਬਸੋਲਿਊਟ ਅਤੇ ਰਿਲੇਟਿਵ ਜਾਂ ਰਿਲੇਟਿਵ 셀 ਰੈਫਰੈਂਸ ਦਾ ਮਿਕਸ ਹੁੰਦੀ ਹੈ ਦੂਜਾ ਪ੍ਰਸ਼ਨ ਹੈ ਕੋਈ ਵੀ ਤਿੰਨ ਸਟ੍ਰਿੰਗ ਫੰਕਸ਼ਨ ਪਰਿਭਾਸ਼ਿਤ ਕਰੋ ਸਟ੍ਰਿੰਗ ਫੰਕਸ਼ਨ ਸਿਰਫ ਟੈਕਸਟ ਡਾਟਾ ਤੇ ਕੰਮ ਕਰਦੇ ਹਨ ਸਟ੍ਰਿੰਗ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਸਾਡਾ ਨਾਮ ਫਾਦਰ ਨੇਮ ਐਡਰੈਸ ਸ਼ਹਿਰ ਦਾ ਨਾਮ ਤੇ ਸਟ੍ਰਿੰਗ ਡਬਲ ਕੋਮੇ ਚੰਦੀ ਹੈ MS Excel ਵਿੱਚ ਵਰਤੇ ਜਾਣ ਵਾਲੇ ਸਟ੍ਰਿੰਗ ਫੰਕਸ਼ਨ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਨੰਬਰ 1 len ਫੰਕਸ਼ਨ ਇਸ ਨੂੰ ਲੈਂਥ ਫੰਕਸ਼ਨ ਵੀ ਕਿਹਾ ਜਾਂਦਾ ਹੈ ਇਹ ਫੰਕਸ਼ਨ ਦਿੱਤੀ ਹੋਈ ਸਟ੍ਰਿੰਗ ਦੀ ਲੰਬਾਈ ਦੱਸਦਾ ਹੈ ਉਦਾਹਰਨ ਵਜੋਂ ਜੇ ਅਸੀਂ ਬਰਾਬਰ len डबल ਕਾਮੇ ਵਿੱਚ ਵੈਲਕਮ ਤੇ ਆਨਸਰ ਕਿੰਨਾ ਆਏਗਾ 7 ਜੇਕਰ ਕਿਸੇ ਸਟ੍ਰਿੰਗ ਦੇ ਵਿੱਚ ਸਪੇਸ ਦਿੱਤੀ ਹੈ ਤਾਂ ਸਪੇਸ ਨੂੰ ਵੀ ਕਾਊਂਟ ਕਰੇਗਾ ਨੰਬਰ 2 ਲੋਅਰ ਫੰਕਸ਼ਨ ਇਹ ਫੰਕਸ਼ਨ ਦਿੱਤੀ ਹੋਈ ਸਟ੍ਰਿੰਗ ਦੇ ਅੱਖਰਾਂ ਨੂੰ ਅੰਗਰੇਜ਼ੀ ਦੇ ਛੋਟੇ ਅੱਖਰਾਂ ਵਿੱਚ ਬਦਲਦਾ ਹੈ ਉਦਾਹਰਨ ਜਿੱਦਾਂ ਲਿਖਿਆ ਹੈ ਇਸ ਇਕੁਅਲ ਟੂ ਲੋਅਰ ਦੇ ਡਬਲ ਕੋਟ ਚ ਕੰਪਿਊਟਰ ਐ ਕੀ ਕਰੇਗਾ ਕੰਪਿਊਟਰ ਨੂੰ ਸਮਾਲ ਲੈਟਰ ਵਿੱਚ ਕਨਵਰਟ ਕਰ ਦਵੇਗਾ ਨੰਬਰ 3 ਅਪਰ ਫੰਕਸ਼ਨ ਇਹ ਫੰਕਸ਼ਨ ਦਿੱਤੀ ਹੋਈ ਸਟ੍ਰਿੰਗ ਦੇ ਅੱਖਰਾਂ ਨੂੰ ਅੰਗਰੇਜ਼ੀ ਦੇ ਵੱਡੇ ਅੱਖਰਾਂ ਵਿੱਚ ਬਦਲਦਾ ਹੈ ਉਦਾਹਰਨ ਜਿੱਦਾਂ ਲਿਖੀ ਅਸੀਂ ਬਰਾਬਰ ਅਪਰ ਟੂ ਡਬਲ ਕੋਮੇ اچ ਸਕੂਲ ਸਕੂਲ ਇੱਕ ਸਟ੍ਰਿੰਗ ਹੈ ਤੇ ਜਦੋਂ ਅਸੀਂ ਇਹਨੂੰ ਐਗਜ਼ੀਕਿਊਟ ਕਰਾਂਗੇ ਰਨ ਕਰਾਂਗੇ ਐਕਸਲ 'ਚ ਜੇ ਜਿਹੜਾ ਸਕੂਲ ਹੈ ਉਹ ਕੈਪੀਟਲ ਲੈਟਰ ਵਿੱਚ ਆ ਜਾਵੇਗਾ ਤੀਜਾ ਪ੍ਰਸ਼ਨ ਹੈ ਫੰਕਸ਼ਨ ਕੀ ਹੈ ਕਿਸੇ ਵੀ ਦੋ ਗਣਿਤਕ ਫੰਕਸ਼ਨ ਨੂੰ ਉਦਾਹਰਨ ਨਾਲ ਦੇ ਨਾਲ ਸਮਝਾਓ ਫੰਕਸ਼ਨ ਦੀ ਵਰਤੋਂ MS Excel ਵਿੱਚ ਕੀਤੀ ਜਾਂਦੀ ਹੈ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲੇ ਹੁੰਦੇ ਹਨ ਇਹਨਾਂ ਦੀ ਵਰਤੋਂ Excel ਵਿੱਚ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਫੰਕਸ਼ਨ ਬਰਾਬਰ ਹੈ ਦੇ ਚਿੰਨ੍ਹ ਤੋਂ ਸ਼ੁਰੂ ਹੁੰਦਾ ਹੈ ਗਣਿਤ ਦੇ ਫੰਕਸ਼ਨ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਨੰਬਰ 1 ਸਮ ਫੰਕਸ਼ਨ ਇਸ ਫੰਕਸ਼ਨ ਦੀ ਵਰਤੋਂ ਦਿੱਤੇ ਹੋਏ ਸੈੱਲਾਂ ਜਾਂ ਰੇਂਜ ਦੇ ਮੁੱਲਾਂ ਦਾ ਜੋੜ ਪਤਾ ਕਰਨ ਲਈ ਕੀਤੀ ਜਾਂਦੀ ਹੈ ਜਾਂ ਜੋੜ ਕਰਨ ਲਈ ਕੀਤੀ ਜਾਂਦੀ ਹੈ ਉਦਾਹਰਨ ਲਈ ਜੇ ਲਿਖਾ ਬਰਾਬਰ ਸਮ 2, 6, 1 ਇਹ ਸਮ ਫੰਕਸ਼ਨ ਕੀ ਕਰੇਗਾ 2 6 8 ਤੇ 1 ਨੂੰ ਇਹਦਾ ਆਨਸਰ ਆ ਜਾਵੇਗਾ ਨੰਬਰ 2 ਮਿਨ ਫੰਕਸ਼ਨ ਇਸ ਫੰਕਸ਼ਨ ਦੇ ਵਰਤੋਂ ਦਿੱਤੇ ਹੋਏ ਸੈਲਾ ਜਾਂ ਰੇਂਜ ਦੇ ਮੁੱਲਾਂ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਜੇਕਰ ਬਰਾਬਰ ਹੈ -2, 6, 1 ਤੇ ਸਭ ਤੋਂ ਛੋਟਾ ਨੰਬਰ ਕੀ ਹੈ 1 ਤੇ ਮਿਨ ਫੰਕਸ਼ਨ ਸਭ ਤੋਂ ਛੋਟਾ ਨੰਬਰ ਰਿਟਰਨ ਕਰੇਗਾ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੇ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ